ਸ਼ਰਾਬ ਤੇ ਮੈਂ ਇੰਨੀ ਗੱਲ ਕਹੀ ਮੋਬਾਈਲ ਕੋਈ ਨਾ ਨਹੀਂ ਮਿਲਦਾ ਮੋਬਾਈਲ ਦਾ ਐਕਚੁਲੀ ਮੇਰਾ ਨਾਮ ਅਨੁਪ੍ਰੀਤ ਹੈ। ਮੈਂ ਆ ਰਹੀ ਸੀਗੀ ਆਪਣੇ ਡਿਊਟੀ ਤੋਂ ਔਰ ਆਉਂਦੇ ਆਉਂਦਿਆਂ ਮੈਂ ਸ਼ੀਤਲ ਢਾਬੇ ਤੋਂ ਕ੍ਰੋਸ ਕਰ ਰਹੀ ਸੀ। ਆਪਣੀ ਲੇਨ ਦੇ ਵਿੱਚ ਸੀਗੀ ਇੱਕ ਕਾਰ ਦੇ ਵਿੱਚ ਪੰਜ ਜਾਣੇ ਬੈਠੇ ਹੋਏ ਸੀ, ਪੰਜ ਤੋਂ ਛੇ ਜਾਣੇ ਜਿਹੜੇ ਫੁੱਲ ਡਰੰਕ ਸੀਗੇ। ਇੱਕ ਨੇ ਐਂ ਲੱਗ ਰਿਹਾ ਸੀ ਕੋਈ ਹੋਰ ਵੀ ਨਸ਼ਾ ਕੀਤਾ ਹੋਇਆ ਵਾ, ਉਹਦੇ ਨੱਕ 'ਤੇ ਸੱਟ ਸੀਗੀ। ਉਹਨਾਂ ਨੇ ਗੱਡੀ ਨੂੰ ਹਿੱਟ ਕੀਤਾ ਆ ਕੇ, ਹੈ ਨਾ। ਮੈਂ ਉਹਨਾਂ ਨੂੰ ਇੰਨਾ ਕਿਹਾ ਵੀਰ ਜੀ ਧਿਆਨ ਨਾਲ, ਇੰਨਾ ਮੈਂ ਇਹੀ ਵਰਡ ਬੋਲੇ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਅੱਗੇ ਆ ਕੇ ਮੈਨੂੰ ਅਬਿਊਜ਼ ਕੀਤਾ, ਕਹਿੰਦੇ ਸ਼ੀਸ਼ੇ 'ਤੇ ਕਾਲਾ ਕੁਛ ਲੱਗਾ ਹੋਇਆ ਵਾ, ਤੂੰ ਫਿਲਮਾਂ ਲਾਈਆਂ ਜਦਕਿ ਮੇਰੀ ਗੱਡੀ 'ਤੇ ਫਿਲਮਾਂ ਨਹੀਂ ਲੱਗੀਆਂ ਹੋਈਆਂ, ਹੈ ਨਾ। ਇੱਕ ਕਵਰ ਕੀਤਾ, ਮੈਂ ਕਿਹਾ ਮੇਰੇ ਫੇਸ 'ਤੇ ਹੈ ਤਾਂ ਕਰਕੇ। ਇੰਡੀਅਨ ਨੂੰ ਥੋੜ੍ਹੀ ਅੱਗੇ ਕੀਤੀ, ਉਹਨੇ ਅਬਿਊਜ਼ ਕੀਤਾ। ਮੈਂ ਇੱਕ ਸਾਈਡ 'ਤੇ ਗੱਡੀ ਲਾ ਕੇ ਉਹਦੀ ਗੱਡੀ ਰੋਕ ਲਈ, ਚਾਬੀ ਕੱਢਣ ਲੱਗੀ, ਉਹ ਅਬਿਊਜ਼ ਕਰਦੇ ਰਹੇ। ਪਿੱਛੇ ਇੱਕ ਹੋਰ ਡਰੰਕ ਸੀ, ਉਹ ਵੀ ਆ ਗਿਆ। ਜਦੋਂ ਆ ਕੇ ਉਹਨਾਂ ਨੇ ਕਿਹਾ ਵੀ ਹਾਂ ਕੌਣ ਕੌਣ ਹੈ, ਇੰਨੇ ਨੂੰ ਮੈਮ ਨਿਕਲ ਰਹੇ ਸੀਗੇ, ਉਹ ਵੀ ਆ ਕੇ ਉੱਥੇ ਆ ਗਏ। ਉਹਨਾਂ ਦੇ ਸਾਹਮਣੇ ਵੀ ਅਬਿਊਜ਼ ਕਰਨਾ ਸ਼ੁਰੂ, ਹੱਥੀ ਪੈਣ ਤੱਕ ਗਏ ਨੇ ਉਹ ਪ੍ਰੋਪਰ। ਜਿਹੜੇ ਪਿੱਛੇ ਬੈਠੇ ਸੀ, ਇੱਕ ਹੋਰ ਪਤਲਾ ਜਿਹਾ ਲੰਬਾ ਜਿਹਾ ਮੁੰਡਾ ਆਇਆ, ਉਹਨੇ ਕੀ ਕੀਤਾ ਹੈਗਾ ਕਿ ਉਹ ਅੱਗੇ ਆ ਕੇ ਕਾਰ ਨੂੰ ਮਤਲਬ ਪੁਸ਼ ਕਰ ਕੀਤਾ, ਖੋਲ੍ਹਾ ਵੀ ਇਹ ਕਿਹੜੀ ਚਾਬੀ ਹੈ, ਲਿਆਓ ਮੈਨੂੰ ਦਿਓ, ਇਹਦੀ ਗੱਡੀ ਮੈਂ ਪਰਾ ਕਰਦਾ ਹੈਗਾ ਵਾ। ਉਸ ਤੋਂ ਬਾਅਦ ਉੱਥੇ ਪੁਲਿਸ ਮੁਲਾਜ਼ਮ ਆਏ, ਮੈਮ ਦੇ ਕਹਿਣ 'ਤੇ ਕਾਲ ਕੀਤੀ ਹੈ, ਪੁਲਿਸ ਮੁਲਾਜ਼ਮ ਆਏ ਹੈਗੇ ਨੇ। ਉਹਨਾਂ ਦੇ ਵੇਖਦੇ ਵੇਖਦੇ ਕਿ ਗੱਡੀ ਸਾਈਡ 'ਤੇ ਲਵਾਉਣੇ, ਸਾਈਡ 'ਤੇ ਲਵਾਉਣੇ, ਗੱਡੀ ਜਿਹੜੀ ਨਿਕਲ ਗਈ, ਉਹਨਾਂ ਦੀ ਵੀਡੀਓ ਬਣੀ ਹੋਈ ਹੈਗੀ ਹੈ। ਮੈਮ ਦੇ ਇੱਥੇ ਸਰ ਸੀਗੇ, ਉਹਨਾਂ ਦੇ ਫੋਨ ਦੇ ਵਿੱਚ ਹੈ, ਉਹਨੂੰ ਪਲੀਜ਼ ਅੱਗੇ ਉਹਦੇ ਲਈ ਕਾਰਵਾਈ ਕੀਤੀ ਜਾਵੇ ਜੋ ਵੀ ਬਣਦੀ ਹੈਗੀ ਹੈ। ਵੀ ਕੱਲ੍ਹ ਨੂੰ ਆਪਣੀਆਂ ਵੀ ਧੀਆਂ ਭੈਣਾਂ ਬਾਹਰ ਜਾਂਦੀਆਂ, ਬਾਈਕ 'ਤੇ ਹੁੰਦੀਆਂ ਨੇ, ਉਹਨਾਂ ਦੇ ਵਿੱਚ ਮਾਰਨਗੇ, ਐਕਸੀਡੈਂਟ ਕਰਕੇ ਨਿਕਲ ਜਾਂਦੇ ਨੇ। ਮਤਲਬ ਇੱਕ ਨਹੀਂ, ਔਰ ਉਹ ਕਹਿ ਰਹੇ ਨੇ ਫਿਰ ਕਿ ਉਹ ਸਾਰੇ ਪੀਂਦੇ ਆ, ਪੀ ਲਿਆ ਤਾਂ ਕੀ ਹੋਇਆ, ਮਤਲਬ ਇੱਕ ਲੇਡੀ ਨੂੰ ਅਬਿਊਜ਼ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਵੀ ਕੁਛ ਨਹੀਂ ਕਰ ਸਕਦਾ ਹੈਗਾ।